ਮਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਿਸ਼ਾ ਆਪਣਾ ਹੈਗਾ ਵੀ ਆਪਾਂ ਚਿੰਤਾ ਨੂੰ ਕਿਵੇਂ ਦੂਰ ਕਰੀਏ ਤੇ ਕਿਵੇਂ ਆਪਾਂ ਇਹ ਤੋਂ ਮੁਕਤੀ ਪਾ ਸਕਦੇ ਆ ਤੁਸੀਂ ਧਿਆਨ ਨਾਲ ਸੁਣਿਓ ਜੀ ਵੀਡੀਓ ਨੂੰ ਤੇ ਆਪਾਂ ਇਹਦੇ ਨਾਲ ਇਹਦੇ ਵਿੱਚ ਇਹੀ ਸਮਝਾਉਣਾ ਆਪਾਂ ਵੀ ਜੋ ਮੇਰੇ ਵੀਰ ਮੇਰੀਆਂ ਭੈਣਾਂ ਚਿੰਤਾ ਦੇ ਵਿੱਚ ਖੁੱਬੇ ਹੋਏ ਨੇ ਤੇ ਉਹ ਟੈਨਸ਼ਨ ਜ਼ਿਆਦਾ ਲੈਂਦੇ ਨੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਅੱਜ ਇਹ ਵੀਡੀਓ ਆਪਾਂ ਸਪੈਸ਼ਲ ਉਹਨਾਂ ਵਾਸਤੇ ਲੈ ਕੇ ਆਏ ਆਂ ਜੀ ਵੀ ਆਪਾਂ ਚਿੰਤਾ ਨੂੰ ਕਿਵੇਂ ਦੂਰ ਕਰੀਏ ਚਿੰਤਾ ਦੂਰ ਕਰਨੀ ਸੌਖੀ ਵੀ ਬਹੁਤ ਹੈ ਤੇ ਔਖੀ ਵੀ ਬਹੁਤ ਐ ਔਖੀ ਤਾਂ ਸਭ ਨੂੰ ਪਤਾ ਵੀ ਔਖੀ ਬਹੁਤ ਐ ਇਹ ਜਦੋਂ ਚਿੰਤਾ ਆਪਾਂ ਨੂੰ ਹੋ ਜਾਂਦੀ ਹੈ ਨਾ ਇਹ ਸੱਦੇ ਤੋਂ ਨਹੀਂ ਆਉਂਦੀ ਜੀ ਇਹ ਤਾਂ ਆਪਣੇ ਆਪ ਹੀ ਆਉਣ ਲੱਗ ਜਾਂਦੀ ਹੈ ਚਿੰਤਾ ਕਰੇ ਤੋਂ ਨਹੀਂ ਆਉਂਦੀ ਹੁੰਦੀ ਚਿੰਤਾ ਤਾਂ ਆਪਣੇ ਆਪ ਹੀ ਆਉਣ ਲੱਗ ਜਾਂਦੀ ਹੁੰਦੀ ਹੈ ਤੇ ਹੁਣ ਤੁਸੀਂ ਮੈਨੂੰ ਪੁੱਛੋਗੇ ਵੀ ਇਹ ਸੌਖੀ ਕਿਵੇਂ ਐ ਸੌਖੀ ਇਹ ਆਏ ਆ ਵੀ ਜਦੋਂ ਆਪਾਂ ਆਪਣੇ ਆਪ ਨੂੰ ਬਿਜ਼ੀ ਰੱਖਣ ਲੱਗ ਜੰਨੇ ਆ ਆਪਾਂ ਆਪਦਾ ਦਿਮਾਗ ਦੂਜੇ ਪਾਸੇ ਲੈ ਜੰਨੇ ਆ ਆਪਾਂ ਉਧਰ ਨੂੰ ਸੋਚਦੇ ਹੀ ਹੈ ਨਹੀਂਗੇ ਤਾ ਫਿਰ ਇਹ ਸੌਖੀ ਵੀ ਬਹੁਤ ਹੈ ਕਿਉਂਕਿ ਚਿੰਤਾ ਆਉਂਦੀ ਹੈ ਦਿਮਾਗ ਤੇ ਮੈਨੂੰ ਵੀ ਪਤਾ ਹੈ ਵੀ ਇਹ ਚਿੰਤਾ ਬਹੁਤ ਗੰਦੀ ਚੀਜ਼ ਹੁੰਦੀ ਹੈ ਜਦੋਂ ਚਿੰਤਾ ਆਉਣ ਲੱਗ ਜੈ ਨਾ ਚਿੰਤਾ ਤੇ ਚਿਖਾ ਇਹ ਥੋੜਾ ਹੀ ਅੰਤਰ ਹੈ ਜੀ ਇਹਨਾਂ ਦਾ ਚਿੰਤਾ ਜਿਹੜੀ ਹੁੰਦੀ ਹੈ ਇਹ ਤਾਂ ਜਿਉਂਦੇ ਬੰਦੇ ਨੂੰ ਮਾਰੀ ਜਾਂਦੀ ਹੈ ਸਾਰਾ ਦਿਨ ਤੇ ਜਿਹੜੀ ਚਿਤਾ ਹੁੰਦੀ ਹੈ ਇਹ ਮਰੇ ਬੰਦੇ ਨੂੰ ਮਚਾਉਂਦੀ ਹੈ ਤੇ ਇਹ ਜਿਹੜੀ ਚਿੰਤਾ ਹੁੰਦੀ ਹੈ ਇਹ ਜਿਉਂਦੇ ਬੰਦੇ ਨੂੰ ਮਚਾਉਂਦੀ ਹੈ ਇਹਦੇ ਨਾਲ ਬੰਦਾ ਸਾਰਾ ਦਿਨ ਸੜੀ ਜਾਂਦਾ ਔਖਾ ਹੋਈ ਜਾਂਦਾ ਦਿਮਾਗ ਉਹਦਾ ਅਪਸੈਟ ਹੋਇਆ ਰਹਿੰਦਾ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਉੱਠ ਕੇ ਤੁਰਨ ਨੂੰ ਵੀ ਜੀ ਨਹੀਂ ਕਰਦਾ ਕੰਮ ਨੂੰ ਤਾਂ ਇੱਕ ਪਾਸੇ ਰਹਿ ਗਿਆ ਉਦੋਂ ਆਏ ਲੱਗਦਾ ਵੀ ਰੋਟੀ ਵੀ ਭਾਵੇਂ ਇੱਕ ਟਾਈਮ ਨਾ ਹੋਵੇ ਪਰ ਮੰਜਾ ਹੋਵੇ ਬਸ ਵੀ ਜੀ ਤੇ ਮੈਂ ਪਿਆ ਰਵਾਂ ਤੁਹਾਨੂੰ ਵੀ ਪਤਾ ਹੀ ਐ ਇਸ ਚੀਜ਼ ਦਾ ਪਰ ਜਦੋਂ ਆਪਾਂ ਦਿਮਾਗ ਦੂਜੇ ਪਾਸੇ ਲਾਉਨੇ ਆ ਆਪਾਂ ਸੋਚਦੇ ਆ ਵੀ ਆਪਾਂ ਦਿਮਾਗ ਦੂਜੇ ਪਾਸੇ ਲਾਈਏ ਉਦੋਂ ਕੁਝ ਨਾ ਕੁਝ ਕੰਟਰੋਲ ਵੀ ਹੋ ਜਾਂਦਾ ਇੱਕ ਤਾਂ ਜਦੋਂ ਚਿੰਤਾ ਜ਼ਿਆਦਾ ਹੋ ਜੇ ਉਦੋਂ ਇਕੱਲੇ ਨਾ ਰਹੋ ਕੱਲੇ ਰਹਿਣਾ ਚਿੰਤਾ ਉਹ ਤੋਂ ਵੀ ਜ਼ਿਆਦਾ ਵੱਧ ਜਾਂਦੀ ਹੈ ਤੇ ਮੈਂ ਜਿਹੜੇ ਪਰਿਵਾਰ ਦੇ ਮੈਂਬਰਾਂ ਮੈਂ ਉਹਨਾਂ ਨੂੰ ਵੀ ਕਹਿੰਨੀ ਆ ਵੀ ਜੇ ਕਿਸੇ ਬੰਦੇ ਨੂੰ ਚਿੰਤਾ ਹੋਗੀ ਨਾ ਤਾਂ ਤੁਸੀਂ ਉਹਨਾਂ ਨੂੰ ਕੱਲਿਆਂ ਨੂੰ ਨਾ ਛੱਡੋ ਉਹਨੂੰ ਥੋੜਾ ਜਿਹਾ ਪਿਆਰ ਦੀ ਲੋੜ ਹੁੰਦੀ ਹੈ ਜੀ ਉਸ ਟਾਈਮ ਤੇ ਉਹਨਾਂ ਨੂੰ ਪਿਆਰ ਨਾਲ ਸਮਝਾਓ ਪਿਆਰ ਨਾਲ ਉਹਨਾਂ ਨੂੰ ਗਾਈਡ ਕਰੋ ਜਿੰਨਾ ਤੁਸੀਂ ਉਹਨਾਂ ਨੂੰ ਪਿਆਰ ਦਿਓਗੇ ਉਹਨਾਂ ਬੰਦਾ ਚਿੰਤਾ ਚੋਂ ਛੇਤੀ ਨਿਕਲਿਆ ਹੁੰਦਾ ਨਹੀਂ ਤਾਂ ਇਹ ਡਿਪਰੈਸ਼ਨ ਦਾ ਰੂਪ ਧਾਰਨ ਕਰ ਲੈਂਦੀ ਹੈ ਜੀ ਡਿਪਰੈਸ਼ਨ ਬਹੁਤ ਗੰਦੀ ਬਿਮਾਰੀ ਹੈ ਇਹ ਕੈਂਸਰ ਨਾਲੋਂ ਵੀ ਭੈੜੀ ਬਿਮਾਰੀ ਹੈ ਜਿਹੜਾ ਡਿਪਰੈਸ਼ਨ ਹੈ ਡਿਪਰੈਸ਼ਨ 'ਚ ਅਗਰ ਬੰਦਾ ਚਲਿਆ ਗਿਆ ਸਾਲ ਬੀਤ ਜਾਂਦੇ ਨੇ ਸਾਲੋਂ ਸਾਲ ਬੀਤ ਜਾਂਦੇ ਆ ਜੀ ਮਹੀਨਿਆਂ ਵਾਲਾ ਕੰਮ ਤਾਂ ਇਹ ਨਹੀਂ ਹੁੰਦਾ ਜਦੋਂ ਡਿਪਰੈਸ਼ਨ 'ਚ ਚਲਿਆ ਜਾਵੇ ਵੀ ਆਪਾਂ ਇੱਕ ਮਹੀਨੇ ਦੇ ਵਿੱਚ ਦੋ ਮਹੀਨਿਆਂ 'ਚ ਉਹਨੂੰ ਸਹੀ ਕਰ ਲਾਂਗੇ ਨਹੀਂ ਹੁੰਦਾ ਹੈਗਾ ਸਹੀ ਤਾਂ ਬੰਦਾ ਆਪ ਦੀ ਆਪ ਹੀ ਹੁੰਦਾ ਤੇ ਜਾਂ ਆਪਣੇ ਨਾਲ ਦੇ ਆਂਦੇ ਪਿਆਰ ਨਾਲ ਹੁੰਦਾ ਹੈਗਾ ਜਿੰਨਾ ਨੂੰ ਪਿਆਰ ਜ਼ਿਆਦਾ ਮਿਲਦਾ ਉਹਨਾਂ ਉਹ ਛੇਤੀ ਠੀਕ ਹੋਣ ਲੱਗ ਜਾਂਦਾ ਜਿੰਨਾ ਉਹ ਇਕੱਲਾਪਨ ਰਹਿੰਦਾ ਉਹਨੂੰ ਦੇਖ ਦੇਖ ਕੇ ਦੂਜੇ ਕੁੜੀ ਜਾਂਦੇ ਆ ਉਹਨੂੰ ਦੇਖ ਕੇ ਉਦੋਂ ਵੀ ਜ਼ਿਆਦਾ ਉਹ ਟੈਨਸ਼ਨ ਚੱਲ ਜਾਂਦਾ ਵੀ ਮੈਂ ਮੇਰੇ ਚ ਕੀ ਇਹੋ ਜੀ ਕਮੀ ਹੋਗੀ ਜਿਹੜਾ ਮੈਨੂੰ ਦੇਖ ਕੇ ਦੂਜੇ ਵੀ ਮੈਨੂੰ ਲੜੀ ਜਾਂਦੇ ਹੈਗੇ ਨੇ ਕਿਉਂਕਿ ਜਿਹੜੇ ਬੰਦੇ ਨੂੰ ਡਿਪਰੈਸ਼ਨ ਹੋਊਗਾ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਬਾਹਰ ਨਿਕਲਣਾ ਔਖਾ ਉਹਨੂੰ ਖੜਨਾ ਔਖਾ ਉਹਨੂੰ ਗੱਲ ਕਰਨੀ ਔਖੀ ਹੈ ਉਹਨੂੰ ਫਿਰ ਕੁਝ ਨਹੀਂ ਚੰਗਾ ਲੱਗਦਾ ਹੈਗਾ ਆਪਣਾ ਫਰਜ਼ ਬੰਦਾ ਉਹਨੂੰ ਧਿਆਨ ਰੱਖਣਾ ਉਹਦੇ ਚ ਵੀ ਆਏ ਮਤਲਬ ਕੀ ਇਹਦੇ ਕੀ ਲੱਛਣ ਨੇ ਤੇ ਵੀ ਇਹ ਡਿਪਰੈਸ਼ਨ ਚ ਤਾਂ ਨਹੀਂ ਚੱਲਿਆ ਗਿਆ ਡਿਪਰੈਸ਼ਨ ਵਾਲੇ ਦੇ ਲੱਛਣ ਇਹ ਹੀ ਹੁੰਦੇ ਆ ਜੀ ਰੋਣਾ ਆਉਣਾ ਬਾਰੀ-ਬਾਰੀ ਜਾਂ ਕਿਸੇ ਨੂੰ ਦੇਖ ਕੇ ਰੋਣਾ ਆਉਣ ਲੱਗ ਜਾਣਾ ਜਾਂ ਆਪਾਂ ਮੰਨ ਲਓ ਬਾਹਰ ਕਿਸੇ ਨੂੰ ਮੱਥੇ ਨਾ ਲਾਉਣਾ ਜਾਂ ਆਪਾਂ ਨਿਕਲਣਾ ਬਾਹਰ ਨਿਕਲ ਨਕਲੀਓ ਸੋਚ ਕਰਨਾ ਵੀ ਮੈਂ ਨਹੀਂ ਨਿਕਲ ਸਕਦਾ ਮੈਂ ਕਿਸੇ ਨੂੰ ਮੱਥੇ ਨਹੀਂ ਲਾ ਸਕਦਾ ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਮੈਨੂੰ ਇਕੱਲਾ ਉਹ ਬੰਦਾ ਇਕੱਲਾ ਰਹਿਣਾ ਪਸੰਦ ਕਰਦਾ ਵੀ ਮੈਂ ਇਕੱਲਾ ਹੋਵਾਂ ਕਮਰੇ ਦੇ ਵਿੱਚ ਹੋਰ ਕੋਈ ਨਾ ਹੋਵੇ ਕਿਉਂਕਿ ਉਹੋ ਜੀ ਸੋਚ ਡੁੱਬਿਆ ਹੁੰਦਾ ਉਹਨੂੰ ਆਇਆ ਰਹਿੰਦਾ ਬਸ ਮੈਂ ਉਹੀ ਸੋਚੀ ਜਾਵਾਂ ਪਹਿਲਾ ਕੰਮ ਤਾਂ ਆਪਾਂ ਇਹ ਹੀ ਕਰਨਾ ਵੀ ਉਹਨੂੰ ਇਕੱਲੇ ਨੂੰ ਨਾ ਛੱਡੋ ਤੇ ਉਹਨੂੰ ਪਿਆਰ ਦਿਓ। ਦੂਜੀ ਗੱਲ ਇਹ ਆ ਵੀ ਜੇ ਕਿਸੇ ਨੂੰ ਇਹ ਹੋ ਗਿਆ ਤਾਂ ਭਾਈ ਵੀਰੋ ਤੁਸੀਂ ਜਾਂ ਭੈਣਾ ਕੋਈ ਵੀ ਆ ਤੁਸੀਂ ਉਹ ਆਪਦੇ ਆਪ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ। ਆਪਦੇ ਆਪ ਨੂੰ ਵਿਅਸਤ ਰੱਖੋ ਆਪਣੇ ਇੱਕ ਆਪਣੇ ਨਜ਼ਦੀਕੀ ਤਾਂ ਉਹਨਾਂ ਨੂੰ ਇਸ ਤਰ੍ਹਾਂ ਹੋ ਗਿਆ ਸੀਗਾ। ਉਹ ਸਾਰਾ ਦਿਨ ਪਿਆਰ ਰਹਿਦਾ ਉਹਨੂੰ ਬੜਾ ਸਮਝਾਉਣਾ, ਬੜਾ ਉਹਨੂੰ ਕਹਿਣਾ ਵੀ ਭਾਈ ਤੂੰ ਟੈਨਸ਼ਨ ਨਾ ਲਿਆ ਕਰ। ਤੂੰ ਬਾਹਰ ਨਿਕਲ। ਤੂ ਆਇਆ ਫਿਰ ਇੱਕ ਦਿਨ ਮਤਲਬ ਪਏ ਪਏ ਨੂੰ ਇੱਕ ਦਿਨ ਉਹਦਾ ਬੱਚਾ ਆਇਆ ਕੋਲੇ ਤੇ ਉਹ ਕਹਿੰਦਾ ਵੀ ਡੈਡੀ ਮੈਂ ਉਹ ਆਪਦਾ ਕੋਈ ਉਹਨੇ ਡਰਾਇੰਗ ਵਗੈਰਾ ਬਣਾਉਣੀ ਸੀਗੀ ਤੇ ਕਹਿੰਦਾ ਵੀ ਮੈਨੂੰ ਡਰਾਇੰਗ ਬਣਾ ਕੇ ਦਿਓ ਤੁਸੀਂ ਤੇ ਮੈਨੂੰ ਜ਼ਰੂਰੀ ਆ ਇਹ ਕਹਿੰਦਾ ਮੇਰੇ ਤੋਂ ਤਾਂ ਨਹੀਂ ਬਣਦੀ ਮੇਰੇ ਤਾਂ ਦਿਮਾਗ ਅਫਸੈਟ ਹੋਇਆ ਪਿਆ ਉਹ ਜਦੋਂ ਜਿੱਦ ਫੜ ਲਈ ਤੇ ਬੱਚੇ ਦੀ ਜਿੱਦ ਮੂਰੇ ਆਪਾਂ ਹਾਰ ਜੰਨੇ ਆ ਉਹਨੇ ਜਦੋਂ ਮਤਲਬ ਕਿ ਉਹਨੇ ਜਿਹੜੀ ਡਰਾਇੰਗ ਬਣਾਈ ਉਹਨੂੰ 2 ਘੰਟੇ ਲੱਗੇ ਉਹ 2 ਘੰਟੇ ਉਹਦੇ ਵਿੱਚ ਵਿਅਸਤ ਰਿਆ ਜਦੋਂ ਵਿਅਸਤ ਰਿਹਾ ਉਹਦੇ ਵਿੱਚ ਤਾਂ ਉਹਨੂੰ ਪਤਾ ਲੱਗ ਗਿਆ ਵੀ 2 ਘੰਟੇ ਮੈਂ ਉਹ ਚੀਜ਼ਾਂ ਭੁੱਲ ਹੀ ਗਿਆ ਕਿਉਂਕਿ ਉਹਦਾ ਦਿਮਾਗ ਉੱਧਰ ਲੱਗ ਗਿਆ ਜਿਹੜਾ ਉਹਦਾ ਦਿਮਾਗ ਸੀ ਨਾ ਉਹਦਾ ਦਿਮਾਗ ਉਹ ਡਰਾਇੰਗ ਵੱਲ ਲੱਗ ਗਿਆ ਤੇ ਉੱਧਰਲੇ ਦੂਜੇ ਪਾਸੇੋਂ ਨਿਕਲ ਗਿਆ ਫਿਰ ਉਹਨੇ ਬਾਅਦ ਵਿੱਚ ਸੋਚਿਆ ਵੀ ਮੈਂ 2 ਘੰਟਿਆਂ ਦੇ ਵਿੱਚ ਮੰਨ ਲਾ ਮੈਨੂੰ ਸ਼ਾਂਤੀ ਆਈ ਹੈ ਮੇਰਾ ਦਿਮਾਗ ਸ਼ਾਂਤ ਰਿਹਾ ਮੇਰਾ ਸਰੀਰ ਠੀਕ ਰਿਹਾ ਸਟ्रेस ਦੇ ਵਿੱਚੋਂ ਨਿਕਲ ਗਿਆ ਦਿਮਾਗ ਮੇਰਾ ਤਾਂ ਵੀ ਇਹ ਉਦੋਂ ਕੀ ਸੀਗਾ ਫਿਰ ਉਹ ਸੋਚਦਾ ਵੀ ਉਸ ਟਾਈਮ ਤੇ ਮੈਂ ਬੀਜੀ ਸੀ ਉਸ ਟਾਈਮ ਤੇ ਮੈਂ ਆਪਦਾ ਦਿਮਾਗ ਦੂਜੇ ਪਾਸੇ ਲਾ ਲਿਆ ਸੀਗਾ ਤਾਂ ਕਰਕੇ ਮੈਂ ਉਹਦੇ ਵਿੱਚੋਂ ਨਿਕਲ ਗਿਆ ਤੇ ਉਹਨੇ ਫਿਰ ਸੋਚ ਲਿਆ ਉਹਨੇ ਮਨ ਦੇ ਵਿੱਚ ਧਾਰ ਲਿਆ ਅੱਜ ਉਹ ਕਾਮਯਾਬ ਹੋਇਆ ਬੈਠਾ ਬੰਦਾ ਆਪਣੇ ਨੇ ਜੀ ਨਜ਼ਦੀਕੀ ਨੇ ਆਪਣੇ ਉਹ ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਕਰ ਰਹੀ ਆਂ ਤੇ ਅੱਜ ਉਹ ਕਾਮਯਾਬ ਹੋਇਆ ਬੈਠਾ ਹੈਗਾ ਉਹ ਟੈਨਸ਼ਨ ਚੋਂ ਨਿਕਲ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਜਦੋਂ ਆਪਾਂ ਆਪਦੇ ਆਪ ਨੂੰ ਬਿਜ਼ੀ ਕਰ ਲਿਆ ਨਾ ਤਾਂ ਆਪਾਂ ਨੂੰ ਟੈਨਸ਼ਨ ਘਟਣ ਲੱਗ ਜੂਗੀ ਜਿੰਨਾ ਆਪਣੇ ਆਪ ਨੂੰ ਆਪਣੇ ਫ੍ਰੀ ਰੱਖਦੇ ਆਂ ਆਪਾਂ ਉਨੀਆਂ ਟੈਨਸ਼ਨਾਂ ਜ਼ਿਆਦੇ ਲੱਗਦੀਆਂ ਉਨੀਆਂ ਹੀ ਬਿਮਾਰੀਆਂ ਜ਼ਿਆਦੇ ਲੱਗਦੀਆਂ ਨੇ ਕਿਉਂਕਿ ਵਿਹਲੇ ਆਪਾਂ ਰਹਿਨੇ ਆ ਪਏਗੇ ਬਹਿ ਕੇ ਪਏਗੇ ਬਹਿ ਕੇ ਹੋਰ ਕੋਈ ਕੰਮ ਨਹੀਂ ਖੂਨ ਦਾ ਸਰਕੂਲੇਸ਼ਨ ਘਟਣ ਲੱਗ ਜਾਂਦਾ ਬਿਮਾਰੀਆਂ ਨੂੰ ਆਪਾਂ ਸੱਦਾ ਦੇਣ ਲੱਗ ਜੰਨੇ ਆ ਬਿਮਾਰੀਆਂ ਵਧ ਜਾਂਦੀਆਂ ਨੇ ਫਿਰ ਉਦੋਂ ਕੋਈ ਦਵਾਈ ਨਹੀਂ ਕੰਮ ਕਰਦੀ ਜੀ ਪਹਿਲਾਂ ਆਪਾਂ ਬਿਮਾਰੀ ਨੂੰ ਸਾਧਦੇ ਆ ਫਿਰ ਆਪਾਂ ਦਵਾਈਆਂ ਲੈਣੇ ਆ ਫਿਰ ਕੋਈ ਦਵਾਈ ਨਹੀਂ ਕੰਮ ਕਰਦੀ ਹੈਗੀ ਤੇ ਵਹਿਤਰ ਤਾਂ ਇਹੀ ਹੈ ਵੀ ਤੁਸੀਂ ਆਪ ਦੇ ਆਪ ਨੂੰ ਇੰਨਾ ਕੁ ਬਿਜੀ ਰੱਖੋ ਵੀ ਤੁਹਾਨੂੰ ਮੰਨ ਲਓ ਟੈਨਸ਼ਨ ਵੀ ਨਾ ਆਵੇ ਤੇ ਤੁਹਾਨੂੰ ਦਵਾਈ ਲੈਣ ਦੀ ਲੋੜ ਨਾ ਪਵੇ ਬਿਮਾਰੀ ਵੀ ਨਾ ਆਵੇ ਕੋਈ ਤੇ ਜੇ ਆਪਾਂ ਇਹਨੂੰ ਮਤਲਬ ਸੋਚਣ ਲੱਗ ਜਾਈਏ ਨਾ ਬਾਹਲਾ ਵੀ ਮੈਂ ਤਾਂ ਹੁਣ ਪਰੇਸ਼ਾਨ ਹੋ ਗਿਆ ਤੇ ਇਹ ਫਿਰ ਉਦੋਂ ਵੀ ਜ਼ਿਆਦਾ ਤੁਹਾਡੇ ਤੇ ਬੋਝ ਬਣ ਜੂਗੀ ਚਿੰਤਾ ਚਿੰਤਾ ਨੂੰ ਤੁਸੀਂ ਹਰਾ ਸਕਦੇ ਹੋ ਜੀ ਚਿੰਤਾ ਨੂੰ ਹਰਾ ਕੇ ਤੁਸੀਂ ਕਾਮਯਾਬ ਹੋ ਸਕਦੇ ਹੋ ਚਿੰਤਾ ਨੂੰ ਹਰਾਉਣ ਵਾਲਾ ਹਰਉਣ ਵਾਲਾ ਬੰਦਾ ਆਪ ਹੀ ਹੁੰਦਾ ਜਿਹਨੂੰ ਚਿੰਤਾ ਹੋਈ ਹੁੰਦੀ ਹੈ ਦੂਜਾ ਬੰਦਾ ਨਹੀਂ ਇਹਨੂੰ ਹਰਾ ਸਕਦਾ ਤੁਸੀਂ ਬਾਹਰ ਨਿਕਲ ਸਕਦੇ ਹੋ ਲੋਕ ਤੁਹਾਨੂੰ ਇਹ ਵੀ ਕਹਿਣਗੇ ਵੀ ਹੁਣ ਤੂੰ ਮੰਜੇ ਤੇ ਪਿਆਸੀ ਹੁਣ ਤੂੰ ਟੈਨਸ਼ਨ ਚ ਹੈ ਹੁਣ ਤੇ ਤੋ ਕੁਝ ਨਹੀਂ ਹੁੰਦਾ ਉਹ ਕਿਸੇ ਦੀ ਗੱਲ ਨਾ ਸੁਣੋ ਹਰਾਉਣ ਵਾਲੇ ਮਤਲਬ ਬਹੁਤ ਹੁੰਦੇ ਆਪਾਂ ਚਿੰਤਾ ਨੂੰ ਹਰਾਉਣਾ ਤੇ ਆਪਾਂ ਨੂੰ ਲੋਕ ਹਰਾਉਣ ਵਾਲੇ ਬਹੁਤ ਹੁੰਦੇ ਨੇ ਜਦੋਂ ਆਪਾਂ ਇਹ ਸੋਚ ਲੈਣਾ ਵੀ ਮੈਂ ਮਤਲਬ ਕਿ ਚਿੰਤਾ ਨੂੰ ਹਰਾ ਕੇ ਤੇ ਮੈਂ ਉਹਦੇ ਵਿੱਚੋਂ ਨਿਕਲਣਾ ਤੇ ਮੈਂ ਕਾਮਯਾਬ ਹੋਣਾ ਤਾਂ ਤੁਸੀਂ 100% ਕਾਮਯਾਬ ਹੋਵੋਗੇ 100% ਕਾਮਯਾਬ ਹੋਵੋਗੇ ਤੁਸੀਂ ਐਵੀਂ ਜੀ ਗੱਲ ਨਹੀਂ ਵੀ ਕਾਮਯਾਬ ਨਾ ਹੋਵੋ ਤੁਸੀਂ ਇੱਕ ਵਾਰੀ ਤੁਸੀਂ ਉਹਦੇ ਵਿੱਚੋਂ ਨਿਕਲਣਾ ਸਿੱਖੋ ਵੀ ਆਪਾਂ ਕਿਵੇਂ ਨਿਕਲਣਾ ਹੈਗਾ ਚਿੰਤਾ ਦੇ ਵਿੱਚੋਂ ਚਿੰਤਾ ਤਾਂ ਹੁਣ ਆਪਾਂ ਨੂੰ ਮਾੜੀ ਜੀ ਗੱਲ ਦੀ ਉਹ ਪਾਣੀ ਦਾ ਗਲਾਸ ਡੁੱਲ ਗਿਆ ਆਪਾਂ ਨੂੰ ਤਾਂ ਚਿੰਤਾ ਹੋ ਜਾਂਦੀ ਹੈ ਦੁੱਧ ਉਬਲ ਗਿਆ ਆਪਾਂ ਨੂੰ ਤਾਂ ਚਿੰਤਾ ਹੋ ਜਾਂਦੀ ਹੈ ਜੇ ਆਪਾਂ ਕੋਈ ਚੀਜ਼ ਬਾਹਰੋਂ ਭੁੱਲ ਲਿਆ ਵੀ ਆਪਾਂ ਲੈ ਕੇ ਆਉਣੀ ਸੀ ਤਾਂ ਆਪਾਂ ਨੂੰ ਚਿੰਤਾ ਹੋ ਜਾਂਦੀ ਹੈ ਜੇ ਬਦਲ ਕੇ ਚੀਜ਼ ਆ ਗਈ ਤਾਂ ਚਿੰਤਾ ਹੋ ਜਾਂਦੀ ਹੈ ਚਿੰਤਾ ਨੂੰ ਤਾਂ ਜਿਵੇਂ ਮਰਜ਼ੀ ਵਧਾਈ ਚੱਲੋ ਤੁਸੀਂ ਚਿੰਤਾ ਕੋਈ ਐਡੀ ਉਹ ਨਹੀਂ ਗੀ ਵੀ ਵਧੂਗੀ ਨਾ ਨੂੰ ਤਾਂ ਜਿੰਨਾ ਮਰਜੀ ਉਹ ਕਹਿੰਦੇ ਹੁੰਦੇ ਨੇ ਵੀ ਲੱਸੀ ਨੂੰ ਜਿੰਨਾ ਮਰਜੀ ਪਾਣੀ ਪਾ ਕੇ ਵਧਾ ਲਾਓ ਓਵੇਂ ਚਿੰਤਾ ਵਧ ਹੀ ਜਾਂਦੀ ਆਪਣੀ ਇਹਨੂੰ ਵੀ ਜਿੰਨਾ ਮਰਜੀ ਵਧਾਈ ਚੱਲ ਲੜਾਈ ਵਾਂਗੂ ਇਹ ਵਧਦੀ ਲੱਸੀ ਤੇ ਲੜਾਈ ਦਾ ਕਹਿੰਦੇ ਹੁੰਦੇ ਆ ਇਹਦਾ ਕੋਈ ਵਧਾਉਂਦਾ ਹੋ ਨਹੀਂ ਇਹਨੂੰ ਜਿੰਨੀ ਮਰਜੀ ਵਧਾਈ ਚੱਲ ਤੇ ਓਵੇਂ ਹੁਣ ਇਹ ਚਿੰਤਾ ਇਹਨੂੰ ਵੀ ਜਿੰਨਾ ਮਰਜੀ ਵਧਾਈ ਚੱਲੋ ਤੁਸੀਂ ਇਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ ਆਪ ਦੇ ਆਪ ਨੂੰ ਬਿਜ਼ੀ ਰੱਖੋ ਆਪ ਦੇ ਆਪ ਨੂੰ ਬਿਜ਼ੀ ਰੱਖੋ ਤੇ ਜਦੋਂ ਤੁਸੀਂ ਆਪ ਦੇ ਆਪ ਨੂੰ ਬਿਜ਼ੀ ਰੱਖੋਗੇ ਤਾਂ ਉਹਦੇ ਕਿੰਨੇ ਫਾਇਦੇ ਹੋਣਗੇ ਇੱਕ ਤਾਂ ਥੋੜੋ ਬਿਮਾਰੀ ਨਹੀਂ ਲੱਗੂ ਇੱਕ ਤੁਹਾਨੂੰ ਕਾਮਯਾਬੀ ਮਿਲੂਗੀ ਜਿਹੜੀ ਮੇਨ ਚੀਜ਼ ਆ ਬਿਮਾਰੀ ਨਹੀਂ ਲੱਗਦੀ ਜੀ ਦੂਜੀ ਚੀਜ਼ ਆ ਕਾਮਯਾਬੀ ਮਿਲੂਗੀ ਜਦੋਂ ਤੁਸੀਂ ਕਾਮਯਾਬ ਹੋਗੇ ਉਦੋਂ ਤੁਹਾਡੇ ਨੇੜੇ ਤੇ ਜਿਹੜੇ ਚਿੰਤਾ ਨਹੀਂ ਆਉਣੀ ਹੈਗੀ ਉਦੋਂ ਉਹੀ ਲੋਕ ਜਿਹੜੇ ਤੁਹਾਨੂੰ ਕਹਿੰਦੇ ਸੀ ਤੁਸੀਂ ਕੁਝ ਕਰ ਨਹੀਂ ਸਕਦੇ ਤੇ ਉਦੋਂ ਉਹੀ ਤੁਹਾਨੂੰ ਪੁੱਛਣਗੇ ਵੀ ਤੂੰ ਕਿਵੇਂ ਕਾਮਯਾਬ ਹੋਇਆ ਤੂੰ ਚਿੰਤਾ ਤੋਂ ਕਿਵੇਂ ਮੁਕਤ ਹੋਇਆ ਤੂੰ ਚਿੰਤਾ ਨੂੰ ਤੂੰ ਕਿਵੇਂ ਦੂਰ ਕੀਤਾ ਹੈਗਾ ਉਹੀ ਤੁਹਾਨੂੰ ਆ ਕੇ ਪੁੱਛਣਗੇ ਵੀ ਇਹ ਸਾਨੂੰ ਵੀ ਤਰੀਕਾ ਦੱਸ ਵਿਤੋਂ ਚਿੰਤਾ ਤੂੰ ਕਿਵੇਂ ਦੂਰ ਕੀਤਾ ਤੇ ਕਿਵੇਂ ਤੂੰ ਕਾਮਯਾਬੀ ਫੜੀ ਹੈ ਆਪਾਂ ਆਪ ਹੀ ਕਰ ਸਕਦੇ ਹਾਂ ਜੀ ਸਭ ਕੁਝ ਕਿਸੇ ਦੇ ਮਤਲਬ ਸਰ ਤੇ ਛੱਡਣ ਦੀ ਤਾਂ ਲੋੜ ਹੀ ਨਹੀਂ ਹੁੰਦੀ ਵੀ ਫਲਾਣਾ ਬੰਦਾ ਮੈਨੂੰ ਚਿੰਤਾ ਚੋਂ ਕੱਢੂਗਾ ਜੇ ਤੁਸੀਂ ਚਿੰਤਾ ਲੈ ਕੇ ਬੈਠ ਵੀ ਜਾਓਗੇ ਮੰਨ ਕੇ ਚੱਲੋ ਤੁਸੀਂ ਚਿੰਤਾ ਲੈ ਕੇ ਬਹਿ ਕੇ ਤੁਹਾਨੂੰ ਅਗਲਾ ਇੱਕ ਵਾਰੀ ਪੁੱਛੂਗਾ ਵੀ ਕੀ ਗੱਲ ਹੈ ਤੇਰੇ ਦਿਮਾਗ ਤੇ ਕੋਈ ਟੈਨਸ਼ਨ ਹੈ ਦੂਜੀ ਵਾਰ ਤਾਂ ਤੁਹਾਨੂੰ ਕਹਿ ਦੂਗਾ ਵੀ ਤੇਰਾ ਤਾਂ ਕੰਮ ਹੀ ਇਹ ਹੈ ਤੇਰੀ ਟੈਨਸ਼ਨ ਅਸੀਂ ਕਿਵੇਂ ਦੂਰ ਕਰ ਸਕਦੇ ਆ ਕਾਦੀਆਂ ਟੈਨਸ਼ਨਾਂ ਨੇ ਅਗਲਾ ਕਹਿਣ ਲੱਗਾ ਮਿੰਟ ਮਾਰਦਾ ਹੁੰਦਾ ਤੇ ਆਪਾਂ ਨੂੰ ਓਦੋਂ ਵੀ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਇਹਦਾ ਇਹਦਾ ਮਤਲਬ ਤੇ ਇਹ ਹੀ ਹੈ ਵੀ ਇੱਕੋ ਹੀ ਰੀਜਨ ਹੈ ਇਹਦੇ ਵਿੱਚੋਂ ਨਿਕਲਦਾ ਵੀ ਕਿਸੇ ਨੂੰ ਸ਼ੋਅ ਨਾ ਕਰੋ ਤੇ ਤੁਸੀਂ ਉਹਦੇ ਵਿੱਚੋਂ ਨਿਕਲੋ ਤੁਹਾਨੂੰ ਪਤਾ ਹੈ ਵੀ ਜਿਹੜੇ ਚਿੰਤਾ ਵਾਲੇ ਦਿਨ ਸੀ ਉਹ ਵੀ ਓਵੇਂ ਹੀ ਨਿਕਲੇ ਨੇ ਜਿਹੜੇ ਅਗਲੇ ਨੇ ਉਹ ਵੀ ਨਿਕਲਣਗੇ ਦਿਨ ਉਹ ਨਹੀਂ ਰਹੇ ਦਿਨ ਇਹ ਵੀ ਨਹੀਂ ਰਹਿਣੇ ਇਸ ਕਰਕੇ ਚਿੰਤਾ ਬਹੁਤ ਮਾੜੀ ਹੈ ਜੀ ਸਰੀਰ ਵਾਸਤੇ ਹਾਨੀਕਾਰਕ ਹੈ ਤੁਸੀਂ ਇਹਨੂੰ ਇੰਨਾ ਲਗਾਵੇ ਦੇ ਨਾਲ ਨਾ ਕਰੋ ਵੀ ਤੁਹਾਡਾ ਖਿਹੜਾ ਨਾ ਛੱਡੇ ਤੇ ਇਹ ਡਿਪਰੈਸ਼ਨ ਦਾ ਰੂਪ ਧਾਰਨ ਕਰ ਲੇ। ਇੰਨਾ ਨਾ ਤੁਸੀਂ ਇਹਦੇ ਨੇੜੇ ਹੋਵੋ ਇੰਨਾ ਇਹਨੂੰ ਨੇੜੇ ਨਾ ਕਰੋ ਆਪਦੇ ਵੀ ਤੁਸੀਂ ਡਿਪਰੈਸ਼ਨ ਚ ਚਲੇ ਜਾਓ ਇੱਕ ਵਾਰੀ ਡਿਪਰੈਸ਼ਨ ਚ ਚਲਿਆ ਗਿਆ ਬੰਦਾ ਬੜਾ ਔਖਾ ਨਿਕਲਦਾ ਹੈਗਾ ਆਪਦੀ ਆਪ ਜ਼ੋਰ ਤਾਂ ਬਹੁਤ ਲਾਉਂਦਾ ਨਿਕਲਦਾ ਪਰ ਉਹ ਡਿਪਰੈਸ਼ਨ ਚੀਜ਼ ਹੀ ਇਹੋ ਜੀ ਹੈ ਵੀ ਉਹੋ ਨਿਕਲ ਨਹੀਂ ਦਿੰਦੀ ਬੰਦੇ ਨੂੰ ਜਦੋਂ ਆਪਦੇ ਉਹ ਪੰਜੇ ਦੇ ਵਿੱਚ ਲੈ ਲੈਂਦੀ ਹੈਗੀ ਆ। ਇਹ ਚੀਜ਼ ਹੀ ਇਹੋ ਜੀ ਹੁੰਦੀ ਹੈ ਜੀ। ਤੇ ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿਨੀ ਆ ਵੀ ਤੁਸੀਂ ਇਹੋ ਜਿਹੀ ਕੋਈ ਗੱਲ ਨਾ ਸੋਚੋ ਜਿਹਦੇ ਨਾਲ ਤੁਹਾਡਾ ਦਿਮਾਗ ਅਫਸਰਟ ਰਵੇ ਤੇ ਤੁਹਾਨੂੰ ਚਿੰਤਾ ਹੋ ਜੇ ਚਿੰਤਾ ਚੋਂ ਨਿਕਲੋ ਮੈਂ ਤੁਹਾਨੂੰ ਦੱਸਤਾ ਵੀ ਇਹ ਚੋਂ ਆਪਾਂ ਕਿਵੇਂ ਨਿਕਲ ਸਕਦੇ ਆ ਇਸ ਤਰ੍ਹਾਂ ਤੁਸੀਂ ਚਿੰਤਾ ਚੋਂ ਨਿਕਲ ਸਕਦੇ ਹੋ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੀ ਹੋਊਗੀ ਅਗਰ ਚੰਗੀ ਲੱਗੀ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਬਜ਼ੁਰਗਾਂ ਨੂੰ ਤਾਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨ ਜੀ ਤੇ ਮੇਰੀ ਇਹ ਵੀਡੀਓ ਨੂੰ ਜਦੋਂ ਤੁਸੀਂ ਬਹੁਤ ਵਧੀਆ ਤੁਸੀਂ ਉਹਨੂੰ ਭਰਮਾ ਹੁੰਗਾਰਾ ਦਿਨੇਓ ਤਾਂ ਮੈਨੂੰ ਵੀ ਵਧੀਆ ਚੰਗਾ ਲੱਗਦਾ ਜੀ ਤੇ ਆਪਾਂ ਹੋਰ ਵੀ ਅੱਗੇ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਆਉਨੇ ਆ ਤੇ ਠੀਕ ਹੈ ਜੀ ਫਿਰ ਸਸਰੀ ਕਾਲ ਦੀ ਸਾਰਿਆਂ ਨੂੰ ਧੰਨਵਾਦ ਜੀ